ਹੁਣ ਇੱਕ ਹੋਰ ਤੁਹਾਡਾ ਫਰੈਂਡ ਹੈ ਜੋ ਤੁਹਾਡੇ ਬਾਰੇ ਕੁਝ ਕਹਿਣਾ ਚਾਹੁੰਦਾ, ਆਓ ਦੇਖਦੇ ਹਾਂ। ਪਰਮੇਸ਼ ਵੀਰੇ ਨਾਲ ਮੇਰੀ ਮੁਲਾਕਾਤ ਹੋਈ ਸੀ ਅਕਤੂਬਰ 15, 2015 ਨੂੰ, ਅਤੇ ਅਸੀਂ ਇੱਕ ਸ਼ੂਟ 'ਤੇ ਮਿਲੇ ਸੀ, ਗਾਣੇ ਦਾ ਸ਼ੂਟ ਸੀ। ਜਿਹੜੀ ਚੀਜ਼ ਮੈਨੂੰ ਵਧੀਆ ਲੱਗੀ ਉਹ ਇਹ ਵਧੀਆ ਲੱਗੀ ਕਿ ਇੰਨੀ ਮਿਹਨਤ ਕਰਦਾ ਬੰਦਾ ਕੋਈ ਪਹਿਲੀ ਵਾਰੀ ਦੇਖਿਆ ਸੀ। ਜਿਹੜਾ ਵੀਰਾ ਅੰਦਰੋਂ ਆ, ਇੱਕ ਤਾਂ ਹੁੰਦਾ ਸਕਰੀਨ 'ਤੇ ਮੋਢਾ ਮਾਰਿਆ, ਛਾਤੀ 'ਚ ਠੋਕੀ ਲੱਤ, ਹੈ ਨਾ, ਵੀ ਬੰਦਾ ਬਹੁਤ ਵੀ ਖਤਰਨਾਕ ਆ, ਪਰ ਦਿਲੋਂ ਵੀਰਾ ਬਹੁਤ ਸੌਫਟ ਆ। ਅਤੇ ਐਵੇਂ ਮੈਂ ਇੱਕ ਵਾਰ ਇੱਕ ਲਾਈਨ ਜੀ ਜੋੜ ਕੇ ਪਰਮੇਸ਼ ਵੀਰੇ ਨੂੰ ਸੁਣਾਈ ਕਿ ਗੱਲਾਂ ਵਿੱਚੋਂ ਜੇ ਕੋਈ ਗੱਲ ਘੈਂਟ ਬੰਦਿਆਂ ਦੀ ਕਰੀਏ, ਸੱਚੀ ਗੱਲ ਕਹਿਣੋ ਚਾਹੀਦਾ ਨਹੀਂ ਡਰਨਾ, ਸਭ ਦਾ ਚਹੇਤਾ ਕਰੇ ਕੰਮ ਨੂੰ ਪਿਆਰ, ਸਾਡਾ ਵੱਡਾ ਬਾਈ ਪਰਮੇਸ਼ ਵਰਮਾ। ਮੈਂ ਆਹ ਲਾਈਨ ਵੀਰੇ ਨੂੰ ਸੁਣਾਈ, ਵੀਰਾ ਕਹਿੰਦਾ ਯਾਰ ਵੀ ਤੂੰ ਲਾਈਨ ਜੋੜ ਲੈਂਦਾ, ਸੋਹਣੀ ਜੋੜ ਲੈਂਦਾ। ਮੈਂ ਮਤਲਬ ਮੈਂ ਤਾਂ ਵੈਸੇ ਲਿਖੀ ਸੀਗੀ ਕਿ ਵੀਰੇ, ਮੈਂ ਵੀਰੇ ਵਾਸਤੇ ਜੋ ਮੈਂ ਫੀਲ ਕਰਦਾ ਸੀਗਾ ਕਿ ਬਾਈ ਤੂੰ ਮਿਹਨਤ ਕਰਦਾ, ਤੂੰ ਘੈਂਟ ਬੰਦਾ ਯਾਰ, ਜੇ ਮੈਂ ਗਾਣਾ ਲਿਖ ਲਾਂ, ਮੈਂ ਗਾਣੇ 'ਚ ਨਾਮ ਨਾ ਵੀ ਪਾਵਾਂ ਤਾਂ ਵੀ ਬਾਈ ਧੱਕੇ ਨਾਲ ਕਹਿ ਦਿੰਦਾ ਲਾਡੀ ਓਏ, ਗਾਣੇ 'ਚ ਕਹਿ ਦਿੰਦਾ। ਅਤੇ ਵੀਰੇ ਦੇ ਸ਼ੋਆਂ 'ਤੇ ਪਰਫੋਰਮ ਕਰਨ ਕਰਕੇ ਜਿੰਨੇ ਵੀ ਹੁਣ ਤੱਕ ਵੀਰੇ ਦੇ ਸ਼ੋਅ ਹੋਏ ਨੇ, 2-3 ਸਾਲ ਹੋ ਗਏ ਸ਼ੋਅ ਹੁੰਦਿਆਂ ਨੂੰ, ਹਰ ਸ਼ੋਅ 'ਤੇ ਮੈਂ ਵੀਰੇ ਦੇ ਨਾਲ ਪਰਫੋਰਮ ਕਰਦਾ ਸਟੇਜ 'ਤੇ। ਤਾਂ ਮਤਲਬ ਘਰ ਜਦੋਂ ਵੀਰਾ ਆਉਂਦਾ ਤਾਂ ਬਸ ਐਂ ਹੁੰਦਾ ਕਿ ਮਾਤਾ ਨੂੰ ਵੀ ਐਂ ਹੁੰਦਾ, ਮੇਰੇ ਮੰਮੀ ਨੂੰ, ਕਿ ਵੀ ਮੇਰਾ ਮੁੰਡਾ ਆ ਗਿਆ ਘਰ, ਬਸ ਮਾਤਾ ਜੱਫੀ ਪਾ ਕੇ ਮਾਤਾ ਨੂੰ ਇੰਨਾ ਸਕੂਨ ਮਿਲਦਾ। ਅਤੇ ਮੰਮੀ ਨੇ ਕਦੇ ਇਹ ਨਹੀਂ ਸੋਚਿਆ ਹੈਗਾ ਕਿ ਮੇਰਾ ਇੱਕੇ ਮੁੰਡਾ ਲਾਡੀ, ਮੰਮੀ ਹਮੇਸ਼ਾ ਕਹਿੰਦੇ ਤੁਸੀਂ ਸਾਰੇ ਹੀ ਮੇਰੇ ਪੁੱਤ ਹੋ, ਤੁਸੀਂ ਸਾਰੇ ਹੀ ਮੇਰੇ ਜਵਾਕ ਹੋ, ਤੁਸੀਂ ਸਾਰੇ ਹੀ ਬਸ ਹੱਸਦੇ ਖੇਡਦੇ ਵੱਸਦੇ ਰਹੋ। ਮੈਂ 2009 'ਚ ਮੇਰਾ ਵੱਡਾ ਭਰਾ ਸੀਗਾ ਰੀਅਲ ਬ੍ਰਦਰ, ਮੈਂ ਉਹਨੂੰ ਗਵਾ ਲਿਆ ਆਪਣੀ ਜ਼ਿੰਦਗੀ 'ਚ, ਉਹਨਾਂ ਦੀ ਡੈਥ ਹੋ ਗਈ ਸੀਗੀ। ਅਤੇ ਮੈਂ ਕਾਫੀ ਟਾਈਮ ਇਕੱਲਾ ਰਿਹਾ, ਮੇਰੀ ਪੜ੍ਹਾਈ ਵੀ ਛੁੱਟ ਗਈ ਸੀ ਇੱਕ ਟਾਈਮ 'ਤੇ ਆ ਕੇ, ਅਤੇ ਉਹ ਚੀਜ਼ਾਂ ਮਤਲਬ ਮੈਂ ਬਹੁਤ ਇਕੱਲਾ ਸੀਗਾ ਇੱਕ ਟਾਈਮ 'ਤੇ, ਪਰ ਅੱਜ ਦੀ ਘੜੀ ਮੇਰੇ ਨਾਲ ਮੈਨੂੰ ਇਹ ਫੀਲ ਹੁੰਦਾ ਕਿ ਜੇ ਪਰਮੇਸ਼ ਵੀਰਾ ਇਹ ਨਾ, ਮੈਂ ਮਤਲਬ ਇਹੀ ਫੀਲ ਕਰਦਾ ਕਿ ਇੱਕ ਤਰ੍ਹਾਂ ਉਹ ਮੇਰਾ ਬ੍ਰਦਰ ਮੇਰੇ ਨਾਲ ਆ ਪਰਮੇਸ਼ ਵੀਰੇ ਦੇ ਰੂਪ 'ਚ। ਤਾਂ ਇਹ ਚੀਜ਼ ਮੈਂ ਹੁਣ ਬੋਲ ਕੇ ਜੇ ਮੈਨੂੰ ਦੱਸਣੀ ਨਹੀਂ ਆਉਂਦੀ, ਪਰ ਮੈਂ ਜੋ ਫੀਲ ਕਰਦਾ ਮੈਂ ਇਹੀ ਫੀਲ ਕਰਦਾ ਕਿ ਮੇਰਾ ਭਰਾ ਕਿਤੇ ਗਿਆ ਨਹੀਂ ਹੈਗਾ, ਅਤੇ ਮੈਂ ਇਹੀ ਫੀਲ ਕਰਦਾ ਕਿ ਪਰਮੇਸ਼ ਬਾਈ ਦੇ ਰੂਪ 'ਚ ਹਮੇਸ਼ਾ ਮੇਰੇ ਨਾਲ ਆ। ਜੇ ਪਰਮੇਸ਼ ਵੀਰਾ ਤਾਂ ਅਸੀਂ ਹਾਂ, ਮਤਲਬ ਨਹੀਂ ਤਾਂ ਮੈਂ ਤਾਂ ਪਿੰਡ ਦੇਹੜੇ ਦਾ ਹੀ ਮਤਲਬ ਇੱਕ ਕਿਸਾਨ ਦਾ ਪੁੱਤ ਹਾਂ, ਮੈਂ ਬਹੁਤਾ ਕੁਛ ਮੈਨੂੰ ਪਤਾ ਜਾਂ ਨਹੀਂ, ਪਰ ਮੈਂ ਬਸ ਪਰਮੇਸ਼ ਵੀਰੇ ਦਾ ਹਮੇਸ਼ਾ ਇਹ ਚੀਜ਼ੋਂ ਧੰਨਵਾਦੀ ਹਾਂ ਕਿ ਉਹ ਮੇਰਾ ਭਾਈ ਬਣ ਕੇ ਮੇਰੇ ਨਾਲ ਖੜ ਗਿਆ, ਅਤੇ ਇਹ ਚੀਜ਼ ਦਾ ਤਾਂ ਮੈਂ ਉਹਦਾ ਕਰਜ਼ਾ ਲਾ ਹੀ ਨਹੀਂ ਸਕਦਾ ਕਦੇ। ਹਾਂ ਦਿਲ ਦੀਆਂ ਗੱਲਾਂ